ਇਨੀ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਔਰਤ ਜਿਸ ਨੂੰ ਕਿ ਅਕਾਲੀ ਦਲ ਦੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦੀ ਧਰਮ ਪਤਨੀ ਦੱਸਿਆ ਜਾ ਰਿਹਾ ਹੈ, ਗੱਡੀ ਵਿੱਚ ਖੂਬ ਸਾਰੇ ਪੈਸਿਆਂ, ਪਿਸਤੌਲ ਅਤੇ ਆਪਣੇ ਗਹਿਣੇ ਦੀ ਨੁਮਾਇਸ਼ ਕਰਦੀ ਨਜ਼ਰ ਆ ਰਹੀ ਹੈ। ਪਹਿਲਾਂ ਤੁਸੀਂ ਦੇਖੋ ਇਹ ਵੀਡੀਓ, ਜਿਸ ਨੇ ਸੋਸ਼ਲ ਮੀਡੀਆ ਤੇ ਖੂਬ ਭੜਥੂ ਪਾ ਰੱਖਿਆ। ਇਸ ਵੀਡੀਓ ਵਿੱਚ ਕਿੰਨੀ ਸੱਚਾਈ ਹੈ ਜਦੋਂ ਇਸ ਦਾ ਪਤਾ ਲਗਾਉਣ ਲਈ D5 ਚੈਨਲ ਪੰਜਾਬੀ ਦੀ ਟੀਮ ਵੱਲੋਂ ਗੁਲਜ਼ਾਰ ਸਿੰਘ ਰਣੀਕੇ ਦੇ ਪੁੱਤਰ ਲਾਲੀ ਰਣੀਕੇ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਇਸ ਵੀਡੀਓ ਨੂੰ ਝੂਠਾ ਦੱਸਦਿਆਂ ਸੰਬੰਧਿਤ ਲੋਕਾਂ ਖਿਲਾਫ਼ ਕਾਰਵਾਈ ਕਰਨ ਦੀ ਗੱਲ ਆਖੀ ਹੈ। ਤੁਹਾਡੇ ਨੇ ਇੱਕ ਵੀਡੀਓ ਵਾਇਰਲ ਹੋ ਰਹੀ ਜੀ, ਤੁਹਾਡਾ ਨਾਮ ਲੈ ਕੇ ਤੁਹਾਡੇ ਘਰ ਵਾਲੇ ਨੇ ਜਾਂ ਵਾਈਫ ਨੇ ਉਹਨੂੰ ਲੈ ਕੇ ਤੁਹਾਡਾ ਫੋਨ ਨੂੰ ਲੈਣਾ ਸੀ? ਨਹੀਂ, ਉਹ ਮੇਰੇ ਮਦਰ ਨੇ ਜੀ। ਓਕੇ ਓਕੇ ਜੀ, ਹਾਂਜੀ। ਤੇ ਉਹ ਮਤਲਬ ਕਿ ਤੁਹਾਡੇ ਮਦਰ ਨੇ ਜਿਨ੍ਹਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ? ਨਹੀਂ, ਉਹ ਮੇਰੇ ਮਦਰ ਨੇ ਨੇ, ਉਹ ਬਸ ਕਿਹਨੇ ਮਤਲਬ ਤੁਸੀਂ ਮੇਰੀ ਫੇਸਬੁੱਕ ਤੋਂ ਮੇਰੇ ਮਦਰ ਤੋਂ ਫੋਟੋ ਵੇਖ ਸਕਦੇ ਹੋ ਜੀ ਜੀ, ਤੇ ਤੁਸੀਂ ਉਹ ਵੀਡੀਓ ਪ੍ਰੋਪਰ ਤਰੀਕੇ ਨਾਲ ਦੇਖੋ ਤੇ ਫਿਰ ਤੁਸੀਂ ਫੈਸਲਾ ਵੀ ਆਪ ਹੀ ਕਰ ਲਓ ਜੀ। ਨਹੀਂ ਮਤਲਬ ਕਿ ਉਹ ਜਿਸ ਤਰੀਕੇ ਦੇ ਨਾਲ ਪੈਸਾ ਦਿਖਾ ਰਹੇ ਨੇ, ਰਿਵਾਲਵਰ ਜਾਂ ਸੋਨਾ, ਉਹ ਕੀ ਚੀਜ਼ ਆਪਾਂ ਕੀ ਸਮਝ? ਮੈਨੂੰ ਉਹਨਾਂ ਬਾਰੇ ਨਹੀਂ ਪਤਾ ਉਹ ਕੌਣ ਨੇ। ਅੱਛਾ ਜੀ, ਹਾਂ ਮਤਲਬ ਕਿ ਉਹ ਤੁਹਾਡੇ ਪਰਿਵਾਰ ਨਾਲ ਕੋਈ ਤਾਲੁਕ ਨਹੀਂ ਰੱਖਦੇ? ਅੱਛਾ, ਤੇ ਜਿਹੜੇ ਲੋਕਾਂ ਨੇ ਫਿਰ ਏਦਾਂ ਤੁਹਾਡਾ ਨਾਮ ਨੂੰ ਮਤਲਬ ਕਿ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਕਾਰਵਾਈ ਕਰੋਗੇ ਤੁਸੀਂ ਉਹਨਾਂ ਤੇ? ਉਹ ਤਾਂ ਬਿਲਕੁਲ ਜੀ ਬਿਲਕੁਲ, ਮੈਂ ਅੱਜ ਆਪਣੇ ਪਿੰਡ ਰਣੀਕੇ ਤੇ ਸਾਡਾ ਸਰਸੰਮਤੀ ਹੋਈ ਸੀ, ਹਰ ਵਾਰ ਸਰਸੰਮਤੀ ਹੁੰਦੀ ਹੈ ਜੀ। ਅੱਜ ਗੁਰੂ ਮਹਾਰਾਜ ਦੇ ਸ਼ੁਕਰਾਨੇ ਦਾ ਪਾਠ ਸੀ, ਭੋਗ ਪਿਆ ਹੁਣੇ ਜੀ, ਲੰਗਰ ਛਕਣ ਤੋਂ ਬਾਅਦ ਫਿਰ ਮੈਂ ਆਪਣਾ ਸੋਚਿਆ ਹੋਇਆ ਜੋ ਕਰਨਾ ਮੈਂ ਉਹ ਕਾਰਵਾਈ ਕਰੂੰਗਾ ਜੀ। ਠੀਕ ਹੈ, ਤੁਹਾਨੂੰ ਕੀ ਲੱਗਦਾ ਕਿ ਕਿਹਦੀ ਸ਼ਰਾਰਤ ਹੋ ਸਕਦੀ ਹੈ? ਬਿਲਕੁਲ ਬਿਲਕੁਲ, ਕਿੰਨੀ ਮਤਲਬ ਰਾਜਨੀਤੀ ਜਿਹੜੀ ਹੈ। ਸ਼ੁਕਰੀਆ ਜੀ, ਧੰਨਵਾਦ। ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਜਿਸ 'ਤੇ ਹਰ ਰੋਜ਼ ਲੱਖਾਂ ਵੀਡੀਓ ਪੋਸਟ ਜਾਂ ਸ਼ੇਅਰ ਕੀਤੀਆਂ ਜਾਂਦੀਆਂ ਨੇ, ਪਰ ਇਹਨਾਂ ਵਿੱਚ ਕਿਹੜੀ ਵੀਡੀਓ ਅਸਲੀ ਹੈ ਜਾਂ ਕਿਹੜੀ ਫੇਕ, ਇਸ ਦਾ ਅੰਦਾਜ਼ਾ ਲਗਾਉਣਾ ਕਾਫ਼ੀ ਮੁਸ਼ਕਿਲ ਹੋ ਜਾਂਦਾ ਹੈ। ਲਿਹਾਜ਼ਾ ਕੁਝ ਵੀ ਪੋਸਟ ਜਾਂ ਸ਼ੇਅਰ ਕਰਨ ਤੋਂ ਪਹਿਲਾਂ ਇਸ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ। ਬਿਊਰੋ ਰਿਪੋਰਟ, D5 ਚੈਨਲ ਪੰਜਾਬੀ।